ਹਾਂਜੀ ਦੋਸਤੋ, ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਮੈਂ ਰਜਿੰਦਰ ਔਲਖ ਮੁਕਤਸਰ ਤੋਂ ਬਿਲੋਂਗ ਕਰਦਾ ਔਰ ਇੰਡਸਟਰੀ ਵਿਭਾਗ ਦੇ ਵਿੱਚ ਪਿਛਲੇ 7 ਮਹੀਨਿਆਂ ਤੋਂ ਕੰਮ ਕਰ ਰਹੇ ਹਾਂ ਆਪਾਂ। ਤਾਂ ਅੱਜ ਸਾਨੂੰ ਇੱਕ ਬਹੁਤ ਵਧੀਆ ਰਿਜ਼ਲਟ ਮਿਲਿਆ, ਉਹਦੇ ਬਾਰੇ ਆਪਾਂ ਡਿਸਕਸ ਕਰ ਰਹੇ ਹਾਂ। ਔਰ ਇਹ ਜਸਵਿੰਦਰ ਜੀ ਹੈ, ਜ਼ਿਲ੍ਹਾ ਮੁਕਤਸਰ ਦੇ ਪਿੰਡ ਸੋਥਾ ਦੇ ਰਹਿਣ ਵਾਲੇ ਨੇ। ਇਹਨਾਂ ਨੂੰ ਇੱਕ ਕਿਡਨੀ ਪ੍ਰੋਬਲਮ ਆਈ ਔਰ ਕੁਦਰਤੀ ਪਰਮਾਤਮਾ ਨੇ ਕੀ ਹੈ ਕਿ ਇਹਨਾਂ ਦਾ ਗੁਰਦਾ ਵੀ ਜਿਹੜਾ ਹੈਗਾ ਉਹ ਇੱਕ ਹੀ ਸੀਗਾ, ਔਰ ਉਹ ਵੀ ਆਪਦਾ ਜਿਹੜਾ ਹੈਗਾ ਕੰਮ ਛੱਡ ਗਿਆ ਸੀ। ਤਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ, ਸਭ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਤੇ ਆਪਣਾ ਨਾਮ ਔਰ ਪਿੰਡ ਔਰ ਪਲੱਸ ਤੁਹਾਨੂੰ ਕੀ ਪ੍ਰੋਬਲਮ ਸੀ ਮਾੜਾ ਦੱਸੋਗੇ? ਮੇਰਾ ਨਾਮ ਜਸਿੰਦਰ ਸਿੰਘ ਹੈ ਜੀ, ਪਿੰਡ ਹਾਂਜੀ ਸੋਥਾ, ਜ਼ਿਲ੍ਹਾ ਮੁਕਤਸਰ, ਪੰਜਾਬ। ਹਾਂਜੀ ਸਰ, ਮੇਰੇ ਕੋਈ ਗੁਰਦਾ ਸੀ ਤਾਂ ਉਹ ਖਰਾਬ ਹੋ ਚੁੱਕਿਆ ਸੀ। ਠੀਕ ਹੈ ਜੀ। ਡਾਕਟਰ ਕਹਿੰਦੇ ਨਵਾਂ ਪਊਗਾ, ਅੱਛਾ, ਜਾਂ ਡੈਲਸ ਹੋਣ ਗਿਆ ਅਤੇ ਮੇਰਾ 2 ਡੈਲਸ ਬਣਿਆ ਜੀ। ਅੱਛਾ, ਪ੍ਰੈਗਮਾ ਬਠਿੰਡਾ 'ਚ। ਅੱਛਾ, 2 ਪ੍ਰੈਗਮਾ ਬਠਿੰਡਾ ਦੇ ਵਿੱਚ ਤੁਹਾਡੇ ਡੈਲਸ ਹੋਏ ਨੇ। ਹਾਂਜੀ। ਔਰ ਤੁਹਾਨੂੰ ਇਹ ਗੱਲ ਕਹੀ ਗਈ ਸੀ ਵੀ ਨਵਾਂ ਗੁਰਦਾ ਪਊਗਾ, ਨਵਾਂ ਗੁਰਦਾ ਪਊਗਾ, 5 ਲੱਖ ਰੁਪਇਆ ਲੱਗੂਗਾ ਗੁਰਦਾ ਵੀ। ਹਾਂ, ਜਾਂ ਡਾਇਲਸਿਸ ਹੋਊਗੀ ਜ਼ਿੰਦਗੀ ਭਰ। ਔਰ ਇਹਨਾਂ ਦੇ ਦੱਸਣ ਮੁਤਾਬਕ ਜਿਹੜੀ ਇੱਕ ਗੱਲ ਹੋ ਰਹੀ ਹੈਗੀ ਜੀ ਕਿ ਪਿੰਡ ਦੇ ਲੋਕਾਂ ਨੇ ਪੈਸਾ ਇਕੱਠਾ ਕਰਕੇ ਇਹਨਾਂ ਦੇ ਵਿਚਾਰਿਆਂ 'ਤੇ ਲਾਇਆ, ਲੇਕਿਨ ਆਪਣੇ ਇੱਕ ਆਈਪਲਸ ਪ੍ਰੋਡਕਟ ਦੀ ਬਦੌਲਤ ਮੇਰੇ ਇੱਕ ਦੋਸਤ ਨੇ ਬੰਟੀ ਯੂਸਫ ਜੀ, ਇੱਕ ਮਿਟਾਓਗੇ ਜੀ ਬੰਟੀ ਜੀ ਮਾੜਾ ਗਿਆ ਚੰਡੀਗੜ੍ਹ ਸਰ ਲੈ ਗਿਆ ਸੀ। ਹਾਂਜੀ, ਇਹ ਬੰਟੀ ਯੂਸਫ ਜੀ ਨੇ, ਇਹਨਾਂ ਨੇ ਇਹਨਾਂ ਨੂੰ 10 ਪਾਈ। ਤਾਂ ਇਸ 10 ਪਾਉਣ ਦੀ ਵਜ੍ਹਾ ਕਰਕੇ ਜਦੋਂ ਇਹਨਾਂ ਨੇ ਉਸ ਪ੍ਰੋਡਕਟ ਨੂੰ ਇਸਤੇਮਾਲ ਕੀਤਾ, ਆਪਣਾ ਆਈਪਲਸ ਇੱਕ ਇੱਦਾਂ ਦਾ ਪ੍ਰੋਡਕਟ ਚਮਤਕਾਰੀ, ਜਿਨ੍ਹਾਂ ਨੇ ਇਹਨਾਂ ਦੀ ਇਕੱਲੀ ਕਿਡਨੀ ਦੀ ਪ੍ਰੋਬਲਮ ਨਹੀਂ, ਇਹਨਾਂ ਨੂੰ ਹਾਰਟ ਦੀ ਪ੍ਰੋਬਲਮ, ਧੜਕਣਾ ਵੱਧ ਸੀ, ਹਾਰਟ ਸੀ। ਹਾਂ, ਹਾਰਟ ਦੀ ਪ੍ਰੋਬਲਮ ਸੀ। 30% ਮੇਰਾ ਕੰਮ ਕਰਦਾ ਸੀ। ਹਾਂ, 30% ਹੀ ਕੰਮ ਕਰਦਾ ਸੀ, ਔਰ ਇਹਨਾਂ ਦੀ ਲਿਵਰ ਦੀ ਵੀ ਸਮੱਸਿਆ ਸੀਗੀ। ਤਾਂ ਇਹ ਤੁਹਾਨੂੰ ਕਿੰਨੀ ਦੇਰ 'ਚ ਰਿਜ਼ਲਟ ਮਿਲਿਆ ਸਰ? ਸਰ, 1.5 ਮਹੀਨੇ ਦੇ ਵਿੱਚ। 1.5 ਮਹੀਨੇ? ਓਕੇ ਓਕੇ। ਅਤੇ ਤੁਸੀਂ ਇਹ ਡੋਜ਼ ਕੀ ਲੈ ਰਹੇ ਸੀਗੇ? 6 ਡਾਟਾ ਮਿਲ ਗਏ। ਅੱਛਾ, ਯਾਨੀ ਕਿ 60 ml ਤੁਸੀਂ ਲੈ ਰਹੇ ਸੀ? 60 ml ਲੈ ਰਹੇ ਸੀ। ਚਲੋ ਜੀ, ਪਰਮਾਤਮਾ ਤੁਹਾਨੂੰ ਇੱਦਾਂ ਹੀ ਹੈਗਾ ਤੰਦਰੁਸਤੀ ਬਖਸ਼ੇ। ਇਹ ਉਹ ਆਪਣੇ ਆਪ ਦੇ ਵਿੱਚ ਰਿਕਾਰਡ ਵਾਲਾ ਰਿਜ਼ਲਟ ਹੈ ਜੀ। ਇੱਕ ਹੀ ਗੁਰਦਾ ਸੀ ਔਰ ਕੰਮ ਛੱਡ ਗਿਆ ਸੀਗਾ, ਲੇਕਿਨ ਉਹ ਬਿਲਕੁਲ ਨੋਰਮਲ ਹੋ ਚੁੱਕੇ ਨੇ 1.5 ਤੋਂ 1.5 ਮਹੀਨੇ ਦੇ ਵਿੱਚ। ਅੱਜ ਮੇਰੇ ਕੋਲ ਘਰ ਆਏ ਸੀ, ਠੀਕ ਹੈ, ਤਾਂ ਇਹਨਾਂ ਦੇ ਬਾਰੇ ਮੈਂ ਅੱਜ ਫਸਟ ਟਾਈਮ ਇਹਨਾਂ ਨੂੰ ਮਿਲਿਆ, ਔਰ ਆਪਣੇ ਟੀਮ ਮੈਂਬਰ ਨੇ ਬੰਟੀ ਯੂਸਫ ਜੀ ਜਿਨ੍ਹਾਂ ਨੇ ਇਹਨਾਂ ਨੂੰ 10 ਪਾਈ ਸੀ, ਅਤੇ ਉਹਨਾਂ ਦੀ ਬਦੌਲਤ ਅੱਜ ਇਹ ਲਾਈਫ ਦੇ ਵਿੱਚ ਆਪਣੀ ਲਾਈਫ ਹੈ ਜਿਹੜੀ ਉਹ ਸਿਕਿਓਰ ਕਰ ਚੁੱਕੇ ਨੇ, ਔਰ ਅੱਗੇ ਬਿਜ਼ਨਸ ਕਰਨ ਵਾਸਤੇ ਅੱਜ ਆਪਣੇ ਸਟਾਰਟਿੰਗ ਕਰਨ ਵਾਸਤੇ ਆਪਣੇ ਕੋਲ ਆਏ ਸੀ। ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ।